ਅੱਜ ਇਲੈਕਸ਼ਨ ਕਰਕੇ ਕਾਨਫਰੰਸ ਕੀਤੀ ਆ ਤਾਂ ਕਿ ਮੀਡੀਆ ਦਾ ਧੰਨਵਾਦ ਕੀਤਾ ਜਾ ਸਕੇ। ਤੁਸੀਂ ਇਲੈਕਸ਼ਨਾਂ 'ਚ ਸਾਰਿਆਂ ਨੇ ਬਹੁਤ ਸਾਥ ਦਿੱਤਾ ਔਰ ਬਹੁਤ ਅੱਛੀ ਇਲੈਕਸ਼ਨ ਨਿਕਲੀ ਹੈ। ਲੋਕਾਂ ਦਾ ਬਹੁਤ ਅੱਛਾ ਰਿਸਪੋਂਸ ਸੀ ਔਰ ਪਬਲਿਕ ਦਾ, ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੀਡੀਆ ਦੇ ਨਾਲ ਨਾਲ, ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਮੈਨੂੰ ਔਰ ਬਹੁਤ ਉਤਸ਼ਾਹ ਦਿੱਤਾ ਆ। ਜਿੱਤ ਹਾਰ ਦੀ ਕੋਈ ਗੱਲ ਨਹੀਂ ਹੁੰਦੀ ਹੈ, ਇੱਕ ਰਿਸਪੋਂਸ ਹੋਣਾ ਚਾਹੀਦਾ ਆ। ਬੀਜੇਪੀ ਨੂੰ ਬਹੁਤ ਰਿਸਪੋਂਸ ਦਿੱਤਾ ਲੋਕਾਂ ਨੇ, ਮੋਦੀ ਜੀ ਨੂੰ ਬਹੁਤ ਪਸੰਦ ਕੀਤਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ। ਸਰਕਾਰ ਬਣਨ 'ਤੇ ਵੀ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਸਾਰਿਆਂ ਨੂੰ ਔਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਬੀਜੇਪੀ ਦਾ ਆ ਔਰ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੂਗੀ 27 'ਚ। ਕੀ ਲੱਗਦਾ ਕਿ ਪੰਜਾਬ 'ਚ ਇੱਕ ਵੀ ਸੀਟ ਬੀਜੇਪੀ ਦੇ ਖਾਤੇ 'ਚ ਨਹੀਂ ਗਈ, ਕੀ ਲੱਗਦਾ ਕੀ ਕਾਰਨ ਸੀ? ਕਾਰਨ ਕੁਛ ਨਹੀਂ ਹੁੰਦੇ, ਇੱਕ ਵੇਵ ਹੁੰਦੀ ਆ ਜਿਹੜੀ ਆ ਚੱਲਦੀ ਆ। ਬੀਜੇਪੀ ਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ ਆ, ਸੀਟ ਨਿਕਲਣੀ ਨਹੀਂ ਨਿਕਲਣੀ ਇੱਕ ਗੱਲ ਇੱਕ ਸਾਈਡ 'ਤੇ ਆ, ਪਰ ਜਿਹੜਾ ਵੋਟ ਬੈਂਕ ਬੀਜੇਪੀ ਦਾ ਵਧਿਆ ਬਹੁਤ ਜ਼ਿਆਦਾ, ਡਬਲ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀਜੇਪੀ ਵਿੱਚ ਪੰਜਾਬ ਦੇ ਵਿੱਚ 23 ਵਿਧਾਨ ਸਭਾ ਸੀਟਾਂ ਜਿਹੜੀਆਂ ਉਹ ਜਿੱਤੀ ਹੈ ਇਸ ਇਲੈਕਸ਼ਨ ਦੇ ਵਿੱਚ, ਅਤੇ ਆਉਣ ਵਾਲੇ ਸਮੇਂ ਲਈ ਦੇਖਿਆ ਜਾਵੇ ਤਾਂ ਬਹੁਤ ਅੱਛਾ ਰਿਸਪੋਂਸ ਹੈ। ਪਰ ਅੱਗੇ ਨਾਲੋਂ ਬੀਜੇਪੀ ਦੀ ਜਿਹੜੀ ਵੋਟ ਘਟੀ ਹੈ, ਕਿਉਂਕਿ 400 ਪਾਰ ਕਹਿੰਦੇ, 400 ਤੋਂ 300 ਵੀ ਨਹੀਂ ਪਾਰ ਕੀਤਾ। ਮੈਂ ਤੁਹਾਨੂੰ ਦੱਸਿਆ ਇਹ ਵੋਟਰਸ 'ਤੇ ਆ, ਉਹਨਾਂ ਨੂੰ ਜੋ ਅੱਛਾ ਲੱਗਿਆ, ਸਰਕਾਰ ਬਣੀ ਹੈ ਮੋਦੀ ਜੀ ਦੀ ਗੱਲ ਹੈ, ਸਰਕਾਰ ਬਣਨ ਨਾਲ ਸਰਕਾਰ ਬਣ ਚੁੱਕੀ ਹੈ ਔਰ ਮੋਦੀ ਜੀ ਸਭ ਤੋਂ ਅੱਛੇ ਪ੍ਰਧਾਨ ਮੰਤਰੀ ਗਿਣੇ ਜਾਂਦੇ ਆ ਔਰ ਉਹ ਭਾਰਤ ਨੂੰ ਹੋਰ ਅੱਗੇ ਲੈ ਕੇ ਜਾਊਗੇ, ਦੇਸ਼ ਦੀ ਤਰੱਕੀ ਦੇ ਲਈ ਬਹੁਤ ਕੁਛ ਕਰੂਗੇ। ਸੋ ਸਾਨੂੰ ਦੇਸ਼ ਦੀ ਤਰੱਕੀ ਚਾਹੀਦੀ ਹੈ, ਪੰਜਾਬ ਦੀ ਤਰੱਕੀ ਚਾਹੀਦੀ ਹੈ, ਸਾਨੂੰ ਉਹਦੇ ਵਿੱਚ ਸਹਿਯੋਗ ਚਾਹੀਦਾ ਆ। ਸੋ ਸਰਕਾਰ ਆਪਣੀ ਹੈਗੀ ਆ ਔਰ ਉਹ ਜ਼ਰੂਰ ਸਹਿਯੋਗ ਕਰੂਗੀ, ਪੰਜਾਬ ਨੂੰ ਬਹੁਤ ਕੁਛ ਦਊਗੇ, ਪੰਜਾਬ ਨੂੰ ਮਾਣ ਬਖਸ਼ੂਗੇ ਮੋਦੀ ਜੀ। ਔਰ ਮੈਂ ਇੱਕ ਅਪੀਲ ਹੋਰ ਕਰੂੰਗੀ ਪ੍ਰਧਾਨ ਮੰਤਰੀ ਜੀ ਨੂੰ ਕਿ ਉਹ ਲਾਸਟ ਰੈਲੀ ਦੇ ਵਿੱਚ ਹੁਸ਼ਿਆਰਪੁਰ 'ਚ ਉਹ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੱਖਣ ਦੇ ਕਹਿ ਕੇ ਗਏ ਆ, ਵਾਅਦਾ ਕਰਕੇ ਗਏ ਸੀ, ਔਰ ਉਹ ਇਸ ਨੂੰ ਬਹੁਤ ਜਲਦੀ ਪੂਰਾ ਕਰੂੰਗੇ ਔਰ ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਵਾਅਦਾ ਜਿਹੜਾ ਆ ਬਹੁਤ ਜਲਦੀ ਪੂਰਾ ਕਰਨ ਔਰ ਇੱਕ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਤੁਗਲਕਾਬਾਦ ਦਾ ਬਣਨਾ ਆ ਉਹਦੇ ਵਿੱਚ ਵੀ ਪੂਰਾ ਸਹਿਯੋਗ ਦੇਣ ਲਈ ਕਹਿ ਕੇ ਗਏ ਆ ਔਰ ਉਹ ਵੀ ਸੰਕਲਪ ਲੈ ਕੇ ਗਏ ਸੀ ਕਿ ਉਹਨੂੰ ਵੀ ਬਣਾਉਣਾ, ਔਰ ਮੈਂ ਉਹਦੇ ਵਾਸਤੇ ਵੀ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਜ਼ਰੂਰ ਇਹਨਾਂ ਕੰਮਾਂ ਦੀ ਸ਼ੁਰੂਆਤ ਕਰਨ ਤਾਂ ਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਐਸੀ ਭਾਈਚਾਰੇ ਦੇ ਵਿੱਚ ਹੈ ਉਹ ਇੱਕ ਵਿਸ਼ਵਾਸ ਬਣਿਆ ਰਹੇ ਸਾਰਿਆਂ ਦੇ ਉੱਪਰ। ਇਹ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ। ਤੁਸੀਂ ਕੁਝ ਦਿਨ ਪਹਿਲਾਂ ਆਪਣੇ ਫਗਵਾੜਾ ਸਥਿਤ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਉੱਥੇ ਤੁਸੀਂ ਮੀਡੀਆ ਦੇ ਰੂਬਰੂ ਹੋਏ, ਤੁਸੀਂ ਉੱਥੇ ਕਹਿੰਦੇ ਆ ਕਿ ਹੁਣ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਸਿਰ 'ਤੇ ਨੇ, ਥੋੜ੍ਹਾ ਜਿਹਾ ਸਮਾਂ ਜਿੱਦਾਂ ਹੋ ਗਿਆ 2 ਸਾਲ ਦਾ, ਅਤੇ ਹੁਣ ਫਗਵਾੜੇ ਦੇ ਵਿੱਚ ਰਹਿ ਕੇ ਫਗਵਾੜੇ ਦੇ ਲੋਕਾਂ ਦੀ ਸੇਵਾ ਕਰਨੀ ਹੈ, ਜਦੋਂ ਤੁਹਾਨੂੰ ਪਾਰਟੀ ਨੇ ਹੁਸ਼ਿਆਰਪੁਰ ਤੋਂ ਭੇਜਿਆ ਸੀ ਟਿਕਟ ਦੇ ਕੇ, ਉਦੋਂ ਤੁਸੀਂ ਕਹਿੰਦੇ ਕਿ ਹੁਣ ਟਿਕਟ ਮਿਲ ਗਈ ਹੈ, ਜਿੱਤ ਹੋਵੇ ਹਾਰ ਹੋਵੇ ਹੁਣ ਹੁਸ਼ਿਆਰਪੁਰ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦੀ ਹੈ, ਮਤਲਬ ਕਿ ਜਿੱਥੇ ਜਿੱਥੇ ਤੁਸੀਂ ਜਾਂਦੇ ਹੋ ਤੁਸੀਂ ਆਪਣੇ ਹੀ ਸ਼ਬਦਾਂ ਦੇ ਕਰੇ ਨੇ ਉੱਤਰ ਦੇ ਆਪਾਂ ਬਦਲ ਦਿੰਦੇ ਹਾਂ, ਮੈਂ ਬਿਲਕੁਲ ਵੀ ਸ਼ਬਦ ਨਹੀਂ ਬਦਲਦੀ ਹੈ। ਮੈਂ ਇਲੈਕਸ਼ਨ 'ਚ ਵੀ ਕਿਹਾ ਸੀ ਮੈਂ ਹੁਸ਼ਿਆਰਪੁਰ ਆਉਣਾ ਆ, ਹੁਸ਼ਿਆਰਪੁਰ ਰਹਿਣਾ ਆ ਔਰ ਹੁਸ਼ਿਆਰਪੁਰ ਰਹਿਣਾ ਆ। ਤੁਸੀਂ ਮੈਨੂੰ ਕਦੀ ਵੀ ਫੋਨ ਕਰਕੇ ਪੁੱਛਿਓ, ਜ਼ਿਆਦਾ ਸਮਾਂ ਜਿਹੜਾ ਮੈਂ ਹੁਸ਼ਿਆਰਪੁਰ ਨੂੰ ਦਊਂਗੀ, ਜਿਹੜੇ ਬਾਕੀ ਵਿਧਾਨ ਸਭਾ ਦੇ ਹਲਕੇ ਆ 9, ਇਹ ਨਹੀਂ ਹੈ ਕਿ ਉਹਨਾਂ ਨੂੰ ਮੈਂ ਛੱਡ ਦੇਣਾ ਆ। ਵਿਧਾਨ ਸਭਾ ਅਸੀਂ 2 ਵਾਰੀ ਫਗਵਾੜੇ ਤੋਂ ਲੜ ਕੇ ਜਿੱਤ ਚੁੱਕੇ ਹਾਂ ਔਰ ਹਰ
ਕੋਈ ਕਹਿੰਦਾ ਹੈ ਕਿ ਮੈਂ ਆਪਣਾ ਵਿਧਾਨ ਸਭਾ ਇੱਕ ਹਲਕਾ ਜ਼ਰੂਰ ਸੰਭਾਲ ਕੇ ਰੱਖਾਂ, ਔਰ ਉਹ ਜ਼ਰੂਰ ਰੱਖਣਾ ਚਾਹੀਦਾ ਆ। ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮੈਂ ਦੇਖੋ ਬਹੁਤ ਜ਼ਿਆਦਾ ਵਿੱਚ ਮੈਨੂੰ ਪਤਾ ਹੈਗਾ ਜਿਹੜੇ ਸਾਡੇ ਵਿਰੋਧੀ ਉਹਨਾਂ ਨੇ ਉਨੀ ਕੱਟ ਕੇ ਲਗਾ ਦਿੱਤੀ ਵਿੱਚੋਂ ਮੇਰੀ ਵਾਈਟ ਕਿ ਜੀ ਫਗਵਾੜੇ ਵਿੱਚ ਹੀ ਰਹੂੰਗੀ। ਫਗਵਾੜੇ ਵਾਲਿਆਂ ਨੂੰ ਮੈਂ ਕਹੂੰਗੀ ਨਾ ਮੈਂ ਤੁਹਾਡੇ ਕੋਲ ਹਾਂ, ਜੇ ਮੈਂ ਹੁਸ਼ਿਆਰਪੁਰ ਆਈ ਹਾਂ ਤਾਂ ਮੈਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਜੋ ਵਾਅਦਾ ਕਰਕੇ ਗਈ ਹਾਂ, ਮੈਂ ਕਦੀ ਅਸੀਂ ਆਪਣੇ ਵਾਅਦੇ ਤੋਂ ਮੁੱਕਰਦੇ ਨਹੀਂ ਹੈ। ਹੁਸ਼ਿਆਰਪੁਰ ਲਈ ਹਾਂ, ਹੁਸ਼ਿਆਰਪੁਰ ਦੇ ਨੌ ਹਲਕੇ ਦੇਖਣੇ ਆ, ਜਿਹੜੇ ਹਲਕਿਆਂ 'ਚ ਅਸੀਂ ਬਹੁਤ ਜ਼ਿਆਦਾ ਡਾਊਨ ਗਏ ਹਾਂ ਉਹਨਾਂ ਨੂੰ ਮੈਂ ਹੋਰ ਵੀ ਪਹਿਲ ਦੇਣੀ ਆ। ਸ਼੍ਰੀ ਹਰਗੋਬਿੰਦਪੁਰ ਅਤੇ ਭਲਾਤ ਉਹਨਾਂ ਨੂੰ ਹੋਰ ਵੀ ਜ਼ਿਆਦਾ ਦੇਖਣਾ ਆ ਤਾਂ ਕਿ ਅਸੀਂ ਉਹਨੂੰ ਵੀ ਬਾਕੀਆਂ ਦੇ ਬਰਾਬਰੀ 'ਤੇ ਲਿਆ ਸਕੀਏ। ਇਹੋ ਜਿਹੀ ਕੋਈ ਗੱਲ ਨਹੀਂ ਸੀਗੀ, ਕਿਸੇ ਨੇ ਕੋਈ ਏਦਾਂ ਦੀ ਸ਼ਿਕਾਇਤ ਨਹੀਂ ਕੀਤੀ, ਔਰ ਜਿਹਦੇ ਇੱਕ ਦੋ ਜਿਹੜੇ ਹੈਗੇ ਵੀ ਸੀ ਪਰ ਉਹ ਤੋਂ ਵੱਧ ਲੋਕ ਇਹ ਕਹਿਣ ਵਾਲੇ ਸੀ ਕਿ ਸਾਨੂੰ ਸੋਮ ਪ੍ਰਕਾਸ਼ ਜੀ ਦੀਆਂ ਗਰਾਂਟਾਂ ਮਿਲੀਆਂ, ਆਹ ਸਾਡੇ ਕੰਮ ਸੋਮ ਪ੍ਰਕਾਸ਼ ਜੀ ਨੇ ਕੀਤੇ ਆ। ਯਾਦ ਰੱਖਣ ਵਾਲੇ ਲੋਕ ਜ਼ਿਆਦਾ ਕੰਮ ਯਾਦ ਰੱਖਣ ਵਾਲੇ, ਜਿਹੜੇ ਜਿਹਨਾਂ ਨੇ ਕਹਿਣਾ ਗਲਤ ਬੋਲਣਾ ਆ ਉਹ ਥੋੜ੍ਹੇ ਜਿਹੇ ਹੁੰਦੇ ਆ, ਔਰ ਉਹਨਾਂ ਨੇ ਕਹਿਣਾ ਹੀ ਹੁੰਦਾ ਆ, ਉਸ ਗੱਲ ਦੀ ਮੈਨੂੰ ਕਦੀ ਚਿੰਤਾ ਨਹੀਂ ਹੁੰਦੀ ਹੈ। ਆਪਣੇ ਕੰਮ 'ਤੇ ਵਿਸ਼ਵਾਸ ਹੋਣਾ ਚਾਹੀਦਾ ਇਨਸਾਨ ਨੂੰ, ਉਹ ਮੈਂ ਵਿਸ਼ਵਾਸ ਕਰਦੀ ਹਾਂ, ਔਰ ਵਿਸ਼ਵਾਸ ਦੇ ਨਾਲ ਹੀ ਇਹ ਨਹੀਂ ਹੈ ਕਿ ਤੁਸੀਂ ਜੇ 2 ਲੱਖ ਵੋਟ ਲੋਕਾਂ ਨੇ ਦਿੱਤੀ ਹੈ, ਕੋਈ ਥੋੜ੍ਹੀ ਵੋਟ ਨਹੀਂ ਹੈ, 2 ਲੱਖ ਵੋਟ ਲੋਕਾਂ ਨੇ ਪਾਈ ਆ, ਉਹਨਾਂ ਨੇ ਵਿਸ਼ਵਾਸ ਹੀ ਜਿਤਾਇਆ ਸਾਡੇ 'ਤੇ। ਸੋਮ ਪ੍ਰਕਾਸ਼ ਜੀ 'ਤੇ ਸਾਰੇ ਸੂਰ ਸਾਹਿਬ ਬੈਠੇ ਆ, ਸਾਰਿਆਂ 'ਤੇ ਵਿਸ਼ਵਾਸ ਜਾ ਕੇ ਦਿੱਤੀ ਹੈ। 3 ਵਿਧਾਨ ਸਭਾ ਹਲਕੇ ਆਪਾਂ ਜਿੱਤੇ ਆ। ਫਗਵਾੜਾ ਹਾਰਨ ਦਾ ਇੱਕ ਬਹੁਤ ਕਾਰਨ ਹੈ, ਉਹ ਮੈਂ ਫਗਵਾੜੇ ਵੀ ਦੱਸਿਆ ਸੀਗਾ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਸੀਗੇ ਮੈਨੂੰ ਚਾਹਣ ਵਾਲੇ ਬਹੁਤ ਸੀਗੇ, ਉਸ ਕਰਕੇ ਫਗਵਾੜਾ ਜਿਹੜਾ ਉਹ 'ਚ ਕਮੀ ਰਹੀ ਆ। ਸੋ ਕੋਈ ਗੱਲ ਨਹੀਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਸ਼ਿਆਰਪੁਰ ਅਸੀਂ ਜਿੱਤੇ ਆ, ਹੁਸ਼ਿਆਰਪੁਰ ਹਲਕਾ ਜਿੱਤੇ ਆ। ਦੇਖੋ ਹਾਰ ਦਾ ਕਾਰਨ ਬਹੁਤ ਹੈ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਆ, ਭਲਾਥ ਸ਼੍ਰੀ ਹਰਗੋਬਿੰਦਪੁਰ ਇਹਨਾਂ ਹਲਕਿਆਂ 'ਚੋਂ ਜਿਹੜੀ ਵੋਟ ਆ ਉਹ ਨਹੀਂ ਪਈ ਹੈਗੀ, ਉਹ ਕਾਰਨ ਹੈ। ਇਹ ਥੋੜ੍ਹਾ ਬਹੁਤਾ ਅਪ ਡਾਊਨ ਚੱਲਦਾ ਰਹਿੰਦਾ, ਇਹ ਦੇਖਣਾ ਚਾਹੀਦਾ ਕਿ ਅਸੀਂ ਹਲਕਾ ਜਿੱਤੇ ਹਾਂ। ਸੂਰ ਸਾਹਿਬ ਬੈਠੇ ਆ ਜਿਹੜੇ ਦੇਖਦੇ ਆ ਹੁਸ਼ਿਆਰਪੁਰ ਨੂੰ, ਅਸੀਂ ਆਪਣਾ ਹਲਕਾ ਜਿੱਤੇ ਹਾਂ, ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈ। ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋਗੇ ਵੋਟ ਬੈਂਕ ਵਧੂਗਾ ਘਟੂਗਾ ਨਹੀਂ, ਅਸੀਂ ਇੰਨੀ ਮਿਹਨਤ ਕਰਾਂਗੇ ਕਿ ਵੋਟ ਬੈਂਕ ਨੂੰ ਵਧਾਵਾਂਗੇ। ਇਹ ਮੈਂ ਇਸੇ ਕਰਕੇ ਆਈ ਹਾਂ, ਨਹੀਂ ਮੈਂ ਨਹੀਂ ਵੀ ਆ ਸਕਦੀ ਸੀ, ਮੇਰੇ ਲੇਟ ਹੋਣ ਦਾ ਕਾਰਨ ਮੇਰੇ ਪੈਰ 'ਤੇ ਫ੍ਰੈਕਚਰ ਹੋਇਆ ਸੀ, ਇਸੇ ਕਰਕੇ ਮੈਂ ਉਹ ਕਾਊਂਟਿੰਗ ਵਾਲੇ ਦਿਨ ਵੀ ਨਹੀਂ ਆ ਸਕੀ, ਮੇਰੇ ਪਲਸਤਰ ਲੱਗਿਆ ਸੀ, ਮੈਂ ਬਲਕਿ ਕਟਾ ਕੇ 4 ਦਿਨ ਬਾਅਦ ਹੀ ਫਿਰ ਮੈਂ ਨਿਕਲੀ ਹਾਂ ਕਿ ਨਹੀਂ ਜਾਣਾ ਆ। ਆਉਣ ਵਾਲੇ ਸਮੇਂ 'ਚ ਤੁਸੀਂ ਵੱਖ ਵੱਖ ਆਪਣੇ ਹਲਕੇ ਦੌਰਾ ਕਰੋਗੇ? ਬਿਲਕੁਲ, ਅੱਜ ਮੈਂ ਬਕੇਰੀਆਂ ਵੀ ਜਾ ਰਹੀ ਹਾਂ, ਇਸ ਤੋਂ ਬਾਅਦ 'ਚ ਉੱਥੇ ਫੰਕਸ਼ਨ ਹੈ 1-2 ਅਟੈਂਡ ਕਰਕੇ ਆਉਣੇ, ਉਸ ਤੋਂ ਬਾਅਦ ਮੀਡੀਆ ਕੋਲ ਵੀ ਜਾਣਾ, ਉਹਨਾਂ ਦਾ ਵੀ ਧੰਨਵਾਦ ਕਰਨਾ। ਅੱਜ ਵੀ ਮੈਂ ਤੁਹਾਨੂੰ ਧੰਨਵਾਦ ਕਰਨ ਲਈ ਬੁਲਾਇਆ ਤੁਹਾਡਾ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਬਹੁਤ ਮੇਰਾ ਸਾਥ ਦਿੱਤਾ ਆ, ਇਸ ਕਰਕੇ ਮੈਂ ਬੁਲਾਇਆ ਕਿਉਂਕਿ ਮੀਡੀਆ 'ਤੇ ਮਾਣ ਹੁੰਦਾ ਇੱਕ ਸਭ ਨੂੰ, ਮੀਡੀਆ ਨੇ ਹਰ ਗੱਲ ਜਿਹੜੀ ਆ ਪਬਲਿਕ ਤੱਕ ਪਹੁੰਚਾਉਣੀ ਹੁੰਦੀ ਆ, ਉਹ ਕਿਸ ਤਰੀਕੇ ਨਾਲ ਪਹੁੰਚਾਉਣੀ ਆ ਉਹ ਮੀਡੀਆ 'ਤੇ ਆ। ਸੋ ਤੁਸੀਂ ਦੇਖਣਾ ਹੈ ਕਿ ਅਸੀਂ ਤਾਂ ਅੱਛਾ ਆਪਣਾ ਜੋ ਲੈ ਕੇ ਚੱਲੀਦਾ ਆ, ਆਪਣੇ ਸਾਫ਼ ਮਨ ਨਾਲ ਚੱਲੀਦਾ ਆ,
ਕਦੀ ਕਿਸੇ ਦਾ ਵਿਰੋਧ ਨਹੀਂ ਕਰੀਦਾ, ਕਿਸੇ ਨੂੰ ਗਲਤ ਨਹੀਂ ਕਹੀਦਾ, ਕਿਸੇ ਪਾਰਟੀ ਨੂੰ ਗਲਤ ਨਹੀਂ ਕਹੀਦਾ। ਦੇਖੋ ਇਹਦੇ ਵਿੱਚ ਮੈਂ ਕੁਛ ਨਹੀਂ ਕਹਿ ਸਕਦੀ, ਇਹ ਉਹ ਸਾਰੇ ਵੱਡੇ ਲੀਡਰ ਹੈ, ਸੂਰ ਸਾਹਿਬ ਵੀ ਸੂਰ ਸਾਹਿਬ ਜਵਾਬ ਦੇ ਸਕਦੇ ਆ ਇਸਦਾ, ਮੈਂ ਨਹੀਂ ਦੇ ਸਕਦੀ ਕਿਉਂਕਿ ਮੈਂ ਨਹੀਂ ਦੇ ਸਕਦੀ, ਇਹ ਦੇ ਸਕਦੇ ਆ। ਸੋ ਜਿਹੜੇ ਸੀਨੀਅਰ ਹੈ ਉਹ ਇਸ ਗੱਲ ਦਾ ਜਵਾਬ ਜ਼ਰੂਰ ਦਊਗਾ। ਸੂਰ ਸਾਹਿਬ ਤੁਸੀਂ ਜਵਾਬ, ਮੈਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰਾ ਸਾਥ ਦੇਣ 'ਤੇ। ਆਉਣ ਵਾਲੇ ਸਮੇਂ 'ਚ ਵੀ ਮੈਂ ਤੁਹਾਡੇ ਤੋਂ ਆਸ ਰੱਖੂੰਗੀ ਕਿ ਮੈਂ ਜਦੋਂ ਵੀ ਹੁਸ਼ਿਆਰਪੁਰ ਜਾਵਾਂ ਤੁਸੀਂ ਮੇਰਾ ਸਾਥ ਜ਼ਰੂਰ ਦਿਓ, ਔਰ ਤਾਂ ਕਿ ਆਪਾਂ ਇਮਾਨਦਾਰੀ ਨਾਲ ਕੰਮ ਕਰ ਸਕੀਏ। ਕੰਮ ਕਰਨੇ ਆ, ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਆ ਉਹਨਾਂ ਨੂੰ ਕੰਪਲੀਟ ਕਰਨਾ ਆ। ਸੋਮ ਪ੍ਰਕਾਸ਼ ਜੀ ਦੇ ਟਾਈਮ ਦੇ ਜਿੰਨੇ ਪ੍ਰੋਜੈਕਟ ਆਏ ਆ ਤੁਸੀਂ ਦੇਖੋਗੇ, ਉਹਨਾਂ ਨੂੰ ਸਾਰਿਆਂ ਨੂੰ ਸਿਰੇ ਚਾੜਾਂਗੇ ਔਰ ਨਵੇਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਜਿੱਤ ਹਾਰ ਦੀ ਗੱਲ ਨਹੀਂ ਹੁੰਦੀ, ਗੱਲ ਪਾਰਟੀ ਦੀ ਆ, ਪਾਰਟੀ ਉੱਪਰ ਬੈਠੀ ਆ, ਉਹਨਾਂ ਨੇ ਕੰਮ ਕਰਨੇ ਆ, ਉਹਨਾਂ ਤੋਂ ਪ੍ਰੋਜੈਕਟ ਲਿਆਉਣੇ ਆ ਔਰ ਕੰਮ ਕਰਾਂਗੇ। ਤੁਹਾਡਾ ਮਤਲਬ ਨੈਕਸਟ ਚੱਕਰ ਕਦੋਂ ਹੋਏਗਾ ਹੁਸ਼ਿਆਰਪੁਰ 'ਚ? ਮੈਂ ਹੁਸ਼ਿਆਰਪੁਰ 'ਚ ਹੀ ਹਾਂ ਜੀ, ਜਦੋਂ ਮਰਜ਼ੀ ਮੈਨੂੰ ਦੇਖੋਗੇ ਤੁਸੀਂ ਇੱਥੇ ਘੁੰਮਦੀ ਪਾਓਗੇ। ਹੁਣ ਮਾਰਕੀਟਾਂ 'ਚ ਬਗਵਾੜੇ ਵੀ ਬਹੁਤ ਘੁੰਮ ਲਿਆ, ਇੱਥੇ ਵੀ ਹੁਣ ਮੈਨੂੰ ਤੁਸੀਂ ਆਮ ਮਾਰਕੀਟ 'ਚ ਘੁੰਮਦੀ ਪਾਓਗੇ ਪਬਲਿਕ ਦੇ ਵਿੱਚ। ਸਰ ਅਰੋੜਾ ਜੀ ਦੇ ਘਰ ਕਾਫੀ ਜ਼ਿਆਦਾ ਕਾਂਗਰਸੀ ਜਿਹੜੇ ਹੈਗੇ ਜੀ ਨੇਤਾ ਆ ਰਹੇ ਹੈਗੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਤਾਂ ਇੰਨਾ ਹੀ ਪਤਾ ਜੀ, ਭਾਜਪਾ ਜਿਹੜਾ ਬੰਦਾ ਆਉਣਾ ਉਹ ਜਾਣਾ ਬੜਾ ਮੁਸ਼ਕਿਲ ਹੋ ਜਾਂਦਾ, ਤਾਂ ਵਨ ਵੇ ਆ ਜਿੱਦਾਂ ਚੂਹੇ ਦਾ ਪਿੰਜਰਾ ਹੁੰਦਾ, ਅੰਦਰ ਹੀ ਆ ਸਕਦੇ, ਬਾਹਰ ਤਾਂ ਜਾਣੇ ਬੜਾ ਮੁਸ਼ਕਿਲ ਆ। ਜ਼ਿਆਦਾ ਧਿਆਨ ਦੇ ਦੇਖਿਆ ਸੀ ਭਾਜਪਾ ਚ ਲੋਕ ਨਹੀਂ? ਵੈਸੇ ਸਰ ਜੋ ਪੰਜਾਬ 'ਚ ਜਿਹੜੇ ਕਿਆਸ ਲਗਾਏ ਜਾ ਰਹੇ ਇਹੀ ਹੈ ਜੀ, ਕਹਿਣਾ ਕਿ ਸ਼ਾਇਦ ਵਾਪਸੀ ਵਾਲਾ ਕਾਂਗਰਸ ਕਰ ਰਹੇ ਨੇ। ਦੇਖੋ ਕਿਸੇ ਦੇ ਆਉਣ ਨਾ ਕਿਸੇ ਦੇ ਜਾਣ ਨਾਲ ਫਰਕ ਤਾਂ ਪੈਂਦਾ ਹੀ ਆ, ਹਰ ਇੱਕ ਤੇ ਫਰਕ ਪੈਂਦਾ, ਕੋਈ ਵੀ ਆਉਂਦਾ ਉਹਦੇ ਨਾਲ ਵੀ ਫਰਕ ਪੈਂਦਾ, ਜਾਂਦਾ ਉਹਨਾਂ ਨਾਲ ਵੀ ਫਰਕ ਪੈਂਦਾ। ਹੁਸ਼ਿਆਰਪੁਰ ਚ ਮੰਤਰੀ ਹੋਣ ਔਰ ਜਿੱਤ ਜਾਣ, ਉਹ ਤੋਂ ਪਹਿਲਾਂ 92 ਸੀਟਾਂ ਜਿੱਤੀਆਂ ਹੁਣ ਆਮ ਆਦਮੀ ਪਾਰਟੀ ਨੇ, ਤਾਂ ਕਿੰਨਾ ਡਿਕਲਾਈਨ ਆ। ਔਰ 13 ਸੀਟਾਂ ਦਾ ਬੜਾ ਹਿੱਕ ਠੋਕ ਕੇ ਦਾਅਵਾ ਕਰਦੇ ਸੀਗੇ ਭਗਵੰਤ ਮਾਨ ਜੀ, ਇਹਨਾਂ 'ਤੇ ਆ ਕੇ ਰੁਕ ਗਏ, ਅਤੇ ਉਹਦੇ ਬਾਅਦ ਗਾਹ ਪਾਉਣਾ ਕਹਿੰਦੇ ਸੀ। ਅਸੀਂ ਲੋਕ ਸਭਾ ਦੇ ਵਿੱਚ ਪਤਾ ਨਹੀਂ 45 ਗਿਣੀ ਜਾਂਦੇ ਸੀਗੇ, ਦਿੱਲੀ ਦੀਆਂ 7, ਹਾਂਜੀ ਹਰਿਆਣੇ ਦੀਆਂ, ਪਤਾ ਨਹੀਂ ਗੋਆ ਦੀਆਂ, ਕਿੱਥੋਂ ਰੁਬੀ ਜਾਂਦੇ ਉਹ ਸਾਰੀਆਂ। ਹੁਣ ਲੱਭਣ ਨਾ ਹੋ, ਮੈਂ ਕਿਹਾ ਲੱਭਣ ਨੂੰ ਟਾਈਮ ਲਾਉਣਗੇ। ਹਾਂਜੀ ਪੰਜਾਬ ਦੀਆਂ 13 ਕਹਿ ਗਏ, ਪੰਜਾਬ ਦੀਆਂ 13, 7 ਦਿੱਲੀ ਦੀਆਂ, ਪਤਾ ਨਹੀਂ ਹਰਿਆਣੇ ਦੀਆਂ ਕਿੰਨੀਆਂ, 6, 45-47 ਸੀਟਾਂ ਜਾਣੀਆਂ ਗਾਹ ਪਾ ਦੇਣਾ ਸੀ ਲੋਕ ਸਭਾ 'ਚ, ਹੁਣ ਤਾਂ ਉਹ ਆਪੇ ਪ੍ਰੋਬਲਮ 'ਚ ਲੱਗਦੇ ਆ। ਔਰ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਆ ਉਸ ਵੇਲੇ ਨਸ਼ਿਆਂ ਦੇ ਨਾਲ ਬੁਰੀ ਤਰ੍ਹਾਂ ਤ੍ਰਸਤ ਆ, ਰੋਜ਼ ਦਾ ਇੱਕ ਨੌਜਵਾਨ ਜਿਹੜਾ ਆ ਉਹਨੂੰ ਨਿਕਲ ਰਿਹਾ ਨਸ਼ਾ, ਅਤੇ ਇਹ ਨਸ਼ੇ ਦਾ ਕਾਰੋਬਾਰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਔਰ ਪੋਲੀਟੀਕਲ ਸੰਰਕਸ਼ਨ ਦੇ ਬਗੈਰ ਹੋ ਹੀ ਨਹੀਂ ਸਕਦਾ। ਮੈਂ ਨਹੀਂ ਮੰਨਦਾ ਵੀ ਜੇ ਇਹਨਾਂ ਦੀ ਇੱਛਾ ਸ਼ਕਤੀ ਹੋਵੇ ਤਾਂ ਬੰਦ ਨਾ ਕਰ ਸਕਣ। ਔਰ ਗਰੰਟੀ ਦਿੱਤੀ ਸੀਗੀ ਕੇਜਰੀਵਾਲ ਨੇ ਕਿ 3 ਜਾਂ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰਾਂਗੇ, ਕੁਛ ਸੋਚ ਕੇ ਦਿੱਤੀ ਹੋਊਗੀ, ਮਾਈਨਿੰਗ ਜ਼ੋਰਾਂ 'ਤੇ ਆ। ਸੋ ਲੋਕਾਂ ਨੇ ਮੂੰਹ ਮੋੜ ਲਿਆ ਆਮ ਆਦਮੀ ਪਾਰਟੀ ਤੋਂ, ਉਹਨਾਂ ਨੇ ਕੋਈ ਗੱਲ ਹੀ ਨਹੀਂ ਪੂਰੀ ਕੀਤੀ, ਬਿਜਲੀ ਦੇ ਐਡੇ ਐਡੇ ਵੱਡੇ ਕੱਟ। ਗੱਲ ਕਰਨਾ ਬਿਜਲੀ ਦਾ ਸੰਕਟ ਇੱਕ ਬਹੁਤ ਪੰਜਾਬ ਵਿੱਚ ਮੰਡਰਾ ਰਿਹਾ, ਉਹ ਕਿੱਦਾਂ ਦੇ ਦੇ ਉਹ ਹੀ ਮੈਂ ਗੱਲ ਕਰ ਰਿਹਾ। ਦੇਖੋ ਇਹਨਾਂ ਦੀਆਂ ਗੱਲਾਂ ਹੀ ਹੁੰਦੀਆਂ ਸਾਰੀਆਂ,
ਬੀਜੇਪੀ ਅਕਾਲੀ ਸਰਕਾਰ ਸੀਗੀ ਤਾਂ ਪੰਜਾਬ ਇੱਕ ਇਲੈਕਟ੍ਰਿਸਿਟੀ ਸਰਪਲਸ ਸਟੇਟ ਬਣ ਗਿਆ ਸੀਗਾ। ਜਦੋਂ ਦੀ ਇਹ ਪਾਰਟ ਸਰਕਾਰਾਂ ਦੂਜੀਆਂ ਆਈਆਂ, ਪਹਿਲਾਂ ਅਮਰਿੰਦਰ ਸਿੰਘ ਦੀ ਆਈ, ਫਿਰ ਆਮ ਆਦਮੀ ਪਾਰਟੀ ਦੀ ਆਈ ਆ, ਨਿੱਤ ਪ੍ਰਤੀ ਦਿਨ ਨਾ ਇਹ ਡਿਕਲਾਈਨ ਹੋ ਰਿਹਾ, ਬਿਜਲੀ ਦੀ ਹਾਲਤ ਮਾੜੀ ਹੋ ਰਹੀ ਹੈਗੀ ਆ। ਔਰ ਸੈਂਟਰ ਤੋਂ ਪੈਸਾ ਬਹੁਤ ਆਉਂਦਾ ਇਨਫਰਾਸਟ੍ਰਕਚਰ ਬਿਜਲੀ ਦੀ ਠੀਕ ਕਰਨ ਲਈ, ਪੰਜਾਬ 'ਚ ਵੀ ਆਇਆ, ਹੁਸ਼ਿਆਰਪੁਰ 'ਚ ਵੀ ਆਇਆ, ਪਰ ਜੋ ਅੱਜ ਬਿਜਲੀ ਦੇ ਹਾਲ ਆ, ਲੋਕਾਂ ਦੇ ਕੰਨਾਂ ਨੂੰ ਹੱਥ ਲੱਗੇ ਪਏ ਹੈਗੇ ਆ। ਬਿਜਲੀ ਦੇ ਰੇਟ ਬੜੇ ਵਧਾ ਦਿੱਤੇ ਹੈਗੇ ਆ, ਔਰ ਬੜੇ ਦਾਅਵੇ ਕਰਦੇ ਸੀ ਅਸੀਂ, ਉਹ ਗੋਬਿੰਦਵਾਲ ਸਾਹਿਬ ਦਾ ਅਸੀਂ JVC ਤੋਂ ਖਰੀਦ ਲਿਆ ਹੈਗਾ ਥਰਮਲ ਪਲਾਂਟ, ਬਿਜਲੀ ਦੀ ਕਮੀ ਨਹੀਂ ਆਊਗੀ, ਉਹ ਥਰਮਲ ਪਲਾਂਟ ਨਹੀਂ ਲੱਭਦਾ ਅੱਜ ਕੱਲ੍ਹ ਕਿੱਥੇ ਹੈ, ਇੰਨੇ ਕੱਟਾਂ ਦੇ ਵਿੱਚ ਨਾ ਸਸਤੀ ਬਿਜਲੀ ਕਹਿੰਦੇ ਇਹਦੇ ਨਾਲ ਹੋ ਜਾਊਗੀ। ਉਹ ਇੱਕ ਚਿੱਟਾ ਹਾਥੀ ਖਰੀਦ ਕੇ ਪੈ ਗਿਆ ਜਿਹੜਾ ਪ੍ਰਾਈਵੇਟ ਕੰਪਨੀ ਨੇ ਚਲਾ ਸਕੀ ਆ, ਇਹ ਕਿੱਦਾਂ ਚਲਾਉਣਗੇ ਮੈਂ ਨਹੀਂ ਸਮਝ ਆਉਂਦਾ। ਸੋ ਲੋਕਾਂ ਨੂੰ ਗੁੰਮਰਾਹ ਕਰਨੇ ਤੋਂ ਸਿਵਾਏ ਭਗਵੰਤ ਮਾਨ ਸਰਕਾਰ ਦਾ ਹੋਰ ਕੋਈ ਕੰਮ ਨਹੀਂ ਆ। ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਕੰਮ ਆ, ਭਈ ਆਪਣੀਆਂ ਬੁੜਾਈਆਂ ਕਰੀ ਜਾਓ ਝੂਠੀਆਂ ਅਤੇ ਲੋਕਾਂ ਨੂੰ ਗੁੰਮਰਾਹ ਕਰੋ।